ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਬਾਈ ਮੰਥਲੀ ਟੈਸਟ 26 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ 10ਵੀਂ ਕਲਾਸ ਦੇ ਸਾਇੰਸ ਵਿਸ਼ੇ ਦੇ ਬਲੂਪ੍ਰਿੰਟ ਨੂੰ ਜੀ ਬਲੂਪ੍ਰਿੰਟ ਤੋਂ ਤੁਹਾਨੂੰ ਸਟੂਡੈਂਟ ਜਾਣਕਾਰੀ ਮਿਲੇਗੀ ਕਿ ਇਹਨਾਂ ਪ੍ਰੀਖਿਆਵਾਂ ਵਿੱਚ ਜੋ ਨਵੰਬਰ ਵਿੱਚ ਪ੍ਰੀਖਿਆਵਾਂ ਹੋ ਰਹੀਆਂ ਹਨ ਉਹਨਾਂ ਵਿੱਚ ਕਿਹੜੇ ਕਿਹੜੇ ਚੈਪਟਰਸ ਦੇ ਵਿੱਚੋਂ ਪੇਪਰ ਆ ਰਿਹਾ ਹੈ ਤੁਹਾਨੂੰ ਤੇ ਕਿਹੜੇ ਚੈਪਟਰ ਦੇ ਵਿੱਚੋਂ ਕਿੰਨੇ ਨੰਬਰ ਦਾ ਪੇਪਰ ਆਏਗਾ ਸੁਣ ਅੱਗੇ ਚੱਲਣ ਤੋਂ ਪਹਿਲਾਂ ਵੀਡੀਓ ਵਿੱਚ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਉੱਪਰ ਪ੍ਰੈਸ ਕਰ ਦੇਣਾ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਸੁਣ ਆਓ ਪਹਿਲਾਂ ਇਨਸਟਰਕਸ਼ਨ ਪੜ ਲੈਣੇ ਹਨ ਜੀ ਤੁਹਾਡਾ ਜੋ ਪੇਪਰ ਹੋਏਗਾ ਲਿਖਤੀ ਅੰਕ ਜੋ ਲਿਖਤੀ ਪੇਪਰ ਹੋਏਗਾ ਉਹ ਟੋਟਲ 40 ਅੰਕਾਂ ਦਾ ਹੋਏਗਾ ਜੀ ਤੇ ਜੋ ਸਮਾਂ ਤੁਹਾਨੂੰ ਮਿਲੇਗਾ ਪੇਪਰ ਲਈ ਉਹ ਡੇਢ ਘੰਟਾ ਦਾ ਮਿਲੇਗਾ ਜੀ 90 ਮਿੰਟ ਦਾ ਇਸ ਵਿੱਚ ਇਨਸਟਰਕਸ਼ਨ ਹਨ ਕਿ ਸਾਰੇ ਹੀ ਜੋ ਪ੍ਰਸ਼ਨ ਹਨ ਆਪਣੇ ਕੋ ਪੇਪਰ ਦੇ ਵਿੱਚ ਆਉਣਗੇ ਉਹ ਸਾਰੇ ਦੇ ਸਾਰੇ ਹੀ ਜ਼ਰੂਰੀ ਹਨ ਜੀ ਇਸ ਪੇਪਰ ਵਿੱਚ ਨੂੰ ਜੋ ਪੇਪਰ ਹੈ ਉਸ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਜੀ ਭਾਗ ੳ ਭਾਗ ਅ ਭਾਗ ੲ ਅਤੇ ਭਾਗ ਸ ਭਾਗ ੳ ਦੇ ਵਿੱਚ 1 ਤੋਂ ਲੈ ਕੇ 8 ਤੱਕ ਪ੍ਰਸ਼ਨ ਹੋਣਗੇ ਇੱਕ ਅੰਕਾਂ ਵਾਲੇ ਭਾਗ ਅ ਦੇ ਵਿੱਚ 9 ਤੋਂ ਲੈ ਕੇ 13 ਤੱਕ ਪ੍ਰਸ਼ਨ ਹੋਣਗੇ ਦੋ ਅੰਕਾਂ ਵਾਲੇ ਭਾਗ ਏ ਦੇ ਵਿੱਚ 14 ਤੋਂ ਲੈ ਕੇ 17 ਤੱਕ ਤਿੰਨ ਅੰਕਾਂ ਵਾਲੇ ਪ੍ਰਸ਼ਨ ਹੋਣਗੇ ਜੀ ਤੇ ਭਾਗ ਸਸੇ ਵਿੱਚ ਦੋ ਪ੍ਰਸ਼ਨ ਹੋਣਗੇ 18ਵਾਂ ਤੇ 19ਵਾਂ ਜੋ ਕਿ ਪੰਜ ਅੰਕਾਂ ਦੇ ਪ੍ਰਸ਼ਨ ਹੋਣਗੇ ਜੀ ਤੇ ਆਓ ਹੁਣ ਆਪਾਂ ਚੈਪਟਰ ਵਾਈਜ਼ ਵੀ ਡਿਸਕਸ ਕਰਦੇ ਹਾਂ ਕਿ ਕਿਸ ਚੈਪਟਰ ਦੇ ਵਿੱਚੋਂ ਕਿੰਨੇ ਨੰਬਰ ਦਾ ਪੇਪਰ ਆ ਰਿਹਾ ਹੈ ਜੀ ਟੋਟਲ ਪੇਪਰ ਦੇਖੋ ਆਪਣੇ ਕੋ ਪੰਜ ਚੈਪਟਰਸ ਦੇ ਵਿੱਚੋਂ ਪੇਪਰ ਆ ਰਿਹਾ ਹੈ ਜੀ ਤੁਹਾਨੂੰ ਇਹ ਦੇਖੋ ਜੀ ਚੈਪਟਰ ਪੰਜ ਚੈਪਟਰਸ ਹੈ ਜਿਨ੍ਹਾਂ ਵਿੱਚੋਂ ਪੇਪਰ ਆ ਰਿਹਾ ਹੈ ਪਹਿਲਾ ਚੈਪਟਰ ਆਪਣੇ ਕੋ ਹੈ ਜੀ ਬਿਜਲੀ ਇਲੈਕਟ੍ਰਿਸਿਟੀ ਇਸ ਦੇ ਵਿੱਚੋਂ ਕੋਈ ਵੀ ਪ੍ਰਸ਼ਨ ਤਾਨੂੰ 1-1 ਨੰਬਰ ਦਾ ਨਹੀਂ ਆਏਗਾ ਕੋਈ ਪ੍ਰਸ਼ਨ 2-2 ਨੰਬਰ ਦਾ ਨਹੀਂ ਆਏਗਾ ਇੱਕ ਪ੍ਰਸ਼ਨ 3 ਨੰਬਰ ਦਾ ਆਏਗਾ ਤੇ ਇੱਕ ਪ੍ਰਸ਼ਨ 5 ਨੰਬਰ ਦਾ ਆਏਗਾ ਟੋਟਲ ਤਾਨੂੰ 8 ਨੰਬਰ ਦਾ ਪੇਪਰ ਜੋ ਹੈ ਚੈਪਟਰ ਬਿਜਲੀ ਇਲੈਕਟ੍ਰਿਸਿਟੀ ਦੇ ਵਿੱਚੋਂ ਆਏਗਾ ਜੀ ਇਸੇ ਤਰ੍ਹਾਂ ਜੋ ਦੂਸਰਾ ਚੈਪਟਰ ਹੈ ਬਿਜਲੀ ਧਾਰਾ ਅਤੇ ਚੁੰਬਕੀ ਪ੍ਰਭਾਵ ਮੈਗਨੇਟਿਕ ਇਫੈਕਟਸ ਆਫ ਇਲੈਕਟ੍ਰਿਕ ਕਰੰਟ ਇਸ ਦੇ ਵਿੱਚੋਂ ਵੀ ਇੱਕ-ਇੱਕ ਅੰਕਾਂ ਵਾਲਾ ਕੋਈ ਪ੍ਰਸ਼ਨ ਨਹੀਂ ਹੈ ਜੀ ਇੱਕ ਪ੍ਰਸ਼ਨ ਆਏਗਾ ਦੋ ਅੰਕਾਂ ਵਾਲਾ ਦੋ ਪ੍ਰਸ਼ਨ ਆਉਣਗੇ ਤਿੰਨ ਅੰਕਾਂ ਵਾਲੇ 5 ਨੰਬਰ ਦਾ ਕੋਈ ਪ੍ਰਸ਼ਨ ਨਹੀਂ ਆਏਗਾ ਤੇ ਟੋਟਲ ਆਪਣੇ ਕੋ ਇਸ ਚੈਪਟਰ ਦੇ ਵਿੱਚੋਂ 8 ਅੰਕਾਂ ਦਾ ਤੁਹਾਨੂੰ ਪੇਪਰ ਆਏਗਾ ਜੀ ਤੀਸਰਾ ਹੈ ਤੇਜਾਬ ਖਾਰ ਅਤੇ ਲੂਣ ਐਸਿਡ ਬੇਸਿਸ ਐਂਡ ਸాల్ట్స్ ਚਾਰ ਪ੍ਰਸ਼ਨ ਆਉਣਗੇ ਜੀ ਇੱਕ ਇੱਕ ਅੰਕਾਂ ਦੇ ਦੋ ਪ੍ਰਸ਼ਨ ਦੋ ਅੰਕਾਂ ਦੇ ਆਉਣਗੇ ਜੀ ਤਿੰਨ ਅੰਕਾਂ ਦਾ ਕੋਈ ਪ੍ਰਸ਼ਨ ਨਹੀਂ ਆਏਗਾ 5 ਅੰਕਾਂ ਦਾ ਕੋਈ ਪ੍ਰਸ਼ਨ ਨਹੀਂ ਆਏਗਾ ਤੇ ਟੋਟਲ ਆਪਣੇ ਕੋ 8 ਨੰਬਰ ਦਾ ਪੇਪਰ ਇਸ ਚੈਪਟਰ ਦੇ ਵਿੱਚੋਂ ਆਏਗਾ ਚੌਥਾ ਚੈਪਟਰ ਹੈ ਜੀ ਤਾਤਾਂ ਅਤੇ ਅਤਾਤਾਂ ਤੇ ਇਹ ਹੈ ਜੀ ਮੈਟਲ ਅਤੇ ਨਾਨ ਮੈਟਲ ਇਸ ਦੇ ਵਿੱਚੋਂ ਦੋ ਪ੍ਰਸ਼ਨ ਆਉਣਗੇ 1 ਇੱਕ ਨੰਬਰ ਦੇ ਇੱਕ ਪ੍ਰਸ਼ਨ ਆਏਗਾ ਦੋ ਨੰਗਾ ਨੰਬਰਾਂ ਦਾ ਜੀ ਤਿੰਨ ਨੰਬਰ ਦਾ ਕੋਈ ਪ੍ਰਸ਼ਨ ਨਹੀਂ ਆਏਗਾ ਤੇ ਇੱਕ ਪ੍ਰਸ਼ਨ ਆਏਗਾ ਆਪਣੇ ਕੋ 5 ਅੰਕਾਂ ਦਾ ਤੇ ਟੋਟਲ ਇਸ ਚੈਪਟਰ ਦੇ ਵਿੱਚੋਂ 9 ਨੰਬਰ ਦਾ ਪੇਪਰ ਆਏਗਾ ਜੀ ਇਸੇ ਤਰ੍ਹਾਂ ਲਾਸਟ ਆਪਣੇ ਕੋ ਹੈ ਜੀ ਪੰਜਵਾਂ ਚੈਪਟਰ ਕਾਬੂ ਅਤੇ ਤਾਲਮੇਲ ਕੰਟਰੋਲ ਐਂਡ ਕੋਆਰਡੀਨੇਸ਼ਨ ਇਸ ਦੇ ਵਿੱਚੋਂ ਦੋ ਪ੍ਰਸ਼ਨ ਆਉਣਗੇ ਜੀ ਇੱਕ ਇੱਕ ਅੰਕ ਦੇ ਇੱਕ ਇੱਕ ਅੰਕਾਂ ਵਾਲੇ ਇੱਕ ਪ੍ਰਸ਼ਨ ਆਏਗਾ ਦੋ ਅੰਕਾਂ ਦਾ ਇੱਕ ਪ੍ਰਸ਼ਨ ਆਏਗਾ ਤਿੰਨ ਅੰਕਾਂ ਵਾਲਾ ਤੇ ਪੰਜ ਅੰਕਾਂ ਦਾ ਇਸ ਚੈਪਟਰ ਦੇ ਵਿੱਚੋਂ ਕੋਈ ਪ੍ਰਸ਼ਨ ਨਹੀਂ ਆਏਗਾ ਤੇ ਇਸ ਚੈਪਟਰ ਦੇ ਵਿੱਚੋਂ ਟੋਟਲ ਆਪਾਂ ਨੂੰ 7 ਨੰਬਰ ਦਾ ਪੇਪਰ ਆਏਗਾ ਤੇ ਸਾਰੇ ਹੀ ਚੈਪਟਰਸ ਦੇ ਵਿੱਚੋਂ ਮਿਲਾ ਕੇ ਜੋ ਟੋਟਲ ਪੇਪਰ ਹੈ ਆਪਾਂ ਨੂੰ ਕਿੰਨੇ ਦਾ ਆਏਗਾ ਜੀ 40 ਅੰਕਾਂ ਦਾ ਆਏਗਾ ਜੀ ਹੋਪਸ ਤੁਹਾਨੂੰ ਇਹ ਸਾਰੀ ਹੀ ਜਾਣਕਾਰੀ ਅੱਛੀ ਤਰ੍ਹਾਂ ਸਮਝ ਲੱਗੀ ਹੋਵੇਗੀ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਕਰ ਤੇ ਸ਼ੇਅਰ ਜਰ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਵੀ ਜਰ ਪ੍ਰੈਸ ਕਰ ਦੇਣਾ ਤੇ ਸਤਿ ਸ਼੍ਰੀ ਅਕਾਲ ਹੁਣ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ